ਗਿੱਦੜਵਾਹਾ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅੱਜ ਨਗਰ ਕੌਂਸਲ ਗਿੱਦੜਵਾਹਾ ਵਿਖੇ ਕਾਰਜ ਸਾਧਕ ਅਫਸਰ, ਕੌਂਸਲਰਾਂ ਅਤੇ ਕੌਂਸਲਰ ਦੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਾਜਾਵੜਿੰਗ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਹਿਰ ਨੂੰ ਹੋਰ ਸੋਹਣਾ ਬਣਾਉਣ, ਸ਼ਹਿਰ ਵਿੱਚ ਸਫਾਈ ਮੁੱਦੇ, ਸੀਵਰੇਜ ਦੇ ਮੁੱਦੇ, ਪੀਣ ਵਾਲੇ ਪਾਣੀ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਿੱਦੜਵਾਹਾ ਦੇ ਵਿਕਾਸ ਲਈ ਜਿੱਥੇ ਵੀ ਪੈਸਾ ਠੀਕ ਲੱਗਾ ਉਹ ਸਹੀ ਹੈ, ਪਰੰਤੂ ਜਿੱਥੇ ਕਿਧਰੇ ਗਲਤ ਢੰਗ ਦੇ ਨਾਲ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਉਸ ਦੀ ਜਾਂਚ ਜ਼ਰੂਰੀ ਹੋਣੀ ਚਾਹੀਦੀ ਹੈ। ਅੱਜ ਅਸੀਂ ਮਿਊਂਸੀਪਲ ਕਮੇਟੀ ਦਾ ਸਾਡਾ ਇਹ ਏਜੰਡਾ ਹੈਗਾ ਹੈ ਕਿ ਓ ਸਾਹਿਬ ਨੂੰ ਅਤੇ ਤਮਾਮ ਜਿਹੜੇ ਸਾਡੇ ਐਮ ਸੀ ਸਾਹਿਬਾਨ ਉਹਨਾਂ ਨੂੰ ਅਸੀਂ ਸਾਰਿਆਂ ਨਾਲ ਮੀਟਿੰਗ ਕੀਤੀ ਕਿ ਕਿਵੇਂ ਸ਼ਹਿਰ ਨੂੰ ਹੋਰ ਸੋਹਣਾ ਬਣਾਇਆ ਜਾਵੇ, ਜਿਹਦੇ ਵਿੱਚ ਤਮਾਮ ਸਫਾਈ ਦੇ ਮੁੱਦੇ, ਸੀਵਰੇਜ ਦੇ ਮੁੱਦੇ, ਪਾਣੀ ਦੇ ਮੁੱਦੇ, ਕਿਉਂਕਿ ਪਤਾ ਲੱਗਿਆ ਕਿ ਬਾਦਲ ਪਿੰਡ ਤੋਂ ਕੂੜਾ ਕਹਿੰਦੇ ਇੱਥੇ ਸਾਡੇ ਗਿੱਦੜਵਾਹਾ ਦੇ ਕੰਮ ਦੇ ਵਿੱਚ ਉਹ ਆ ਰਿਹਾ ਹੈ। ਉਹ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਿਰਪਾ ਕਰਕੇ ਉਹਨਾਂ ਨੂੰ ਉੱਥੇ ਬਾਦਲ ਹੀ ਸਿੱਟਣ ਜਾ ਕੇ ਹੋਰ ਸਿੱਟਣ, ਅੱਗੇ ਕੂੜਾ ਸਾਡੇ ਬਹੁਤ ਹੈ, ਗੰਦਗੀ ਜਿਹੜੀ ਹੈ ਉੱਥੇ, ਪਾਰਕ ਪੂਰਕ ਨੂੰ ਮੇਨਟੇਨੈਂਸ ਕਰਨ ਦੀ ਤਮਾਮ ਗੱਲਾਂ, ਔਰ ਜਿੱਥੇ ਜਿੱਥੇ ਪਿਛਲੇ ਸਮੇਂ ਦਰਮਿਆਨ ਪੈਸਾ ਆਇਆ ਜਿਹੜਾ ਵੀ ਜਿੱਥੇ ਆਇਆ ਲੱਗਿਆ, ਜੇ ਉਹਦੀ ਇਨਕੁਆਇਰੀ ਉਹ ਅਗਰ ਠੀਕ ਲੱਗਿਆ ਤਾਂ ਵਧੀਆ ਗੱਲ ਹੈ, ਅਗਰ ਕੋਈ ਗਲਤ ਲੱਗਿਆ, ਕਈ ਥਾਵਾਂ 'ਤੇ ਦੋ ਦੋ ਤਿੰਨ ਤਿੰਨ ਫੁੱਟ ਦੀਆਂ ਢਾਲਾਂ ਬਣਾਤੀਆਂ, ਨੁਕਸਾਨ ਹੁੰਦਾ ਸਰਕਾਰੀ ਖਜ਼ਾਨੇ ਦਾ, ਉਹਨਾਂ 'ਤੇ ਪੜਤਾਲ ਕੀਤੀ ਜਾਵੇ ਅਤੇ ਆਉਣ ਵਾਲੇ ਸਮੇਂ 'ਚ ਸ਼ਹਿਰ ਦੀ ਤਰੱਕੀ ਉੱਨਤੀ ਵਾਸਤੇ ਪੁਖਤਾ ਕਦਮ ਚੁੱਕੇ ਜਾਣ। 12 ਘੰਟਿਆਂ ਦੇ ਵਿੱਚ ਜੇ ਕਿਸੇ ਦੀ ਕੰਪਲੇਂਟ ਇੱਥੇ ਰਜਿਸਟਰ ਲਾਇਆ ਜਾਵੇ, ਦਰਜ ਕੀਤੀ ਜਾਵੇ, ਮਿਕਸਿੰਗ ਆ ਰਹੀ ਹੈ ਉਹ ਸੀਵਰੇਜ ਬੋਰਡ ਨੂੰ ਹਦਾਇਤ ਦਿੱਤੀ ਕਿ ਜੇ ਤੁਸੀਂ ਉੱਥੇ 12 ਘੰਟੇ ਨਹੀਂ ਪਹੁੰਚੇ ਤਾਂ ਫਿਰ ਤੁਹਾਡੇ 'ਤੇ ਬਣਦੀ ਕਾਰਵਾਈ ਕਾਨੂੰਨੀ ਹੋਏਗੀ। ਪਾਣੀ ਦੀ ਸਮੱਸਿਆ ਜਿੱਥੇ ਨਹੀਂ ਹੈ, ਸੀਵਰੇਜ ਬਲੋਕ 'ਤੇ ਹੈ, ਇਹ ਨਹੀਂ ਹੋਣਾ ਚਾਹੀਦਾ ਵੀ 3 ਦਿਨਾਂ 'ਚ ਪਾਣੀ ਖੜ੍ਹਾ, ਹਾਂ ਬਲੋਕੇਜ ਕਿਤੇ ਆ ਜਾਂਦੀ ਹੈ ਪਰ ਇਮੀਡੀਏਟਲੀ ਉਹਨੂੰ ਤੁਸੀਂ ਕਰੋੜਾਂ ਰੁਪਈਆ ਲੱਗ ਚੁੱਕਿਆ ਜੋ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਜਿਹੜੀਆਂ ਜ਼ਰੂਰੀ ਵਸਤੂਆਂ ਹੈ ਉਹ ਕਮੇਟੀ 'ਚ ਨਹੀਂ, ਇੱਕ ਮਸ਼ੀਨ ਖੜੀ ਹੈ ਜਿਹੜੀ ਕਿ ਸਕਿੰਗ ਮਸ਼ੀਨ ਜਿਹਨੂੰ ਕਹਿੰਦੇ ਆ, ਮੈਂ ਹੁਣ ਪਤਾ ਕੀਤਾ, ਲੇਕਿਨ ਉਹ 7 ਲੱਖ ਦੇ ਟਰੈਕਟਰ ਤੋਂ ਬਿਨਾਂ ਚੱਲ ਨਹੀਂ ਸਕਦੀ, ਮਸ਼ੀਨ ਲਿਆਉਂਦੀ ਪਈ ਹੈ, ਨਹੀਂ ਤਾਂ ਉਹ ਸੀਵਰੇਜ ਦੀ ਉਹ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਦੱਸਿਆ ਕਿ ਸਫਾਈ ਹੋਣ ਵਾਲੀ ਹੈ ਸੀਵਰੇਜ ਦੀ, ਸੁਪਰ ਜੈਟਿੰਗ ਮਸ਼ੀਨਸ ਹੁੰਦੀਆਂ ਜਿਹੜੀਆਂ ਲਿਆਉਣ ਵਾਲੀਆਂ, 3 ਕਿਲੋਮੀਟਰ ਦਾ ਏਰੀਆ, ਹੁਣ ਬਾਰਿਸ਼ ਤੋਂ ਪਹਿਲਾਂ ਮੈਂ ਆਖਿਆ ਕਿ ਆਪਾਂ ਉਹਨੂੰ ਸਕਿੰਗ ਕਰਾ ਕੇ ਤਾਂ ਜੋ ਪਾਣੀ ਨਾ ਖੜ੍ਹੇ ਆਪਾਂ ਪੁਖਤਾ ਇੰਤਜ਼ਾਮ ਕਰੀਏ। ਪਾਈਪ ਗਲੀ ਵੀ ਹੈ ਜਿਹੜਾ ਡਿਸਪੋਜ਼ਲ ਵਾਲੀ, ਉਹ ਪਾਣੀ ਬੈਕ ਕਰਦਾ ਜਦੋਂ ਜ਼ਿਮੀਦਾਰ ਲੈਣੋਂ ਹਟ ਜਾਂਦੇ ਆ, ਉਹ ਸਾਰੀਆਂ ਪ੍ਰਪੋਜ਼ਲਾਂ ਉਹਨਾਂ ਨੇ ਦੱਸੀਆਂ ਕਿਵੇਂ ਕਰਨਾ। ਲੇਕਿਨ ਜਿਹੜਾ ਪਿਛਲੇ ਸਮੇਂ ਦਰਮਿਆਨ ਤਾਂ ਮੈਂ ਤੁਹਾਨੂੰ ਦੱਸੂਗਾ ਕਿ 2-2 ਫੁੱਟੀਆਂ ਢਾਲਾਂ ਬਣੀਆਂ, ਪੈਸੇ ਦਾ ਜੋ ਮਿਸਯੂਜ਼ ਹੋਇਆ, 3 ਮਹੀਨਿਆਂ ਦੀਆਂ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਖੜੀਆਂ, 76 ਕੋਈ ਜਾਂਚ ਕਰਾਉਗੀ? 100% ਮੈਂ ਹੁਣੇ ਈਓ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਕਿਰਪਾ ਕਰਕੇ, ਕਿ ਬਦਲਾਖੋਰੀ ਦੀ ਭਾਵਨਾ ਨਾਲ ਬਿਲਕੁਲ ਨਹੀਂ, ਲੇਕਿਨ ਅਗਰ ਗਲੀ ਦੇ ਲੋਕ ਇਹ ਕਹਿੰਦੇ ਆ ਕਿ ਸਾਡੀ ਗਲੀ ਗਲਤ ਬਣੀ ਹੈ ਜਾਂ ਟੁੱਟ ਗਈ ਹੈ ਜਾਂ ਅੱਜ ਹੀ ਬਣਾਈ ਸੀ, ਉਹਨਾਂ ਦੀਆਂ ਉਹ ਲਿਸਟਾਂ ਬਣਾਓ, ਉਹਨਾਂ ਦੀ ਅਸੀਂ ਵਿਜੀਲੈਂਸ ਮੋਨੀਟਰਿੰਗ ਕਮੇਟੀ ਤੋਂ ਜਾਂਚ 100% ਕਰਾਵਾਂਗੇ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਪਰਦਾ ਟੀਵੀ।